ਕਿਹਾ ਜਾਂਦਾ ਹੈ ਕਿ ਖੇਤੀ ਕਰਮਾ ਸੇਤੀ ਸ਼੍ਰੀ ਅਨੰਦਪੁਰ ਸਾਹਿਬ ਵਿੱਚ ਬੇਮੌਸਮੀ ਬਾਰਿਸ਼ ਅਤੇ ਤੇਜ਼ ਹਵਾਵਾਂ ਨੇ ਪੱਕੀ ਹੋਈ ਕਣਕ ਦੀ ਵੱਡੀ ਪੱਧਰ 'ਤੇ ਨੁਕਸਾਨ ਕੀਤਾ। ਪੀੜਿਤ ਕਿਸਾਨਾਂ ਨੇ ਮੁਆਵਜ਼ੇ ਦੀ ਮੰਗ ਕੀਤੀ। ਸ਼੍ਰੀ ਅਨੰਦਪੁਰ ਸਾਹਿਬ ਇਲਾਕੇ ਵਿੱਚ ਦੇਰ ਸ਼ਾਮ ਬੇਮੌਸਮੀ ਮੀਂਹ ਅਤੇ ਤੇਜ਼ ਹਵਾਵਾਂ ਨੇ ਹਾੜੀ ਦੀਆਂ ਫਸਲਾਂ ਦਾ ਵੱਡੀ ਪੱਧਰ 'ਤੇ ਨੁਕਸਾਨ ਕੀਤਾ। ਪੱਤਰਕਾਰਾਂ ਦੀ ਇੱਕ ਟੀਮ ਵੱਲੋਂ ਇਕੱਤਰ ਕੀਤੀ ਜਾਣਕਾਰੀ ਅਨੁਸਾਰ ਖਰਾਬ ਮੌਸਮ ਦੀ ਵਜ੍ਹਾ ਨਾਲ ਪੱਕੀ ਕਣਕ ਦਾ ਕਾਫ਼ੀ ਹਿੱਸਾ ਝੜ ਗਿਆ। ਜ਼ਮੀਨ ਦੇ ਕਈ ਹਿੱਸਿਆਂ ਵਿੱਚ ਪਾਣੀ ਖੜਾ ਵੀ ਨਜ਼ਰ ਆ ਰਿਹਾ ਸੀ। ਕਿਸਾਨਾਂ ਨੇ ਆਪਣੇ ਦੁੱਖਾਂ ਦਾ ਰੋਣਾ ਰੋਂਦਿਆਂ ਕਿਹਾ ਕਿ ਹੁਣ ਜਦੋਂ 6 ਮਹੀਨਿਆਂ ਮਗਰੋਂ ਉਹਨਾਂ ਨੂੰ ਕਣਕ ਦੀ ਫਸਲ ਤੋਂ ਕੁਝ ਰਾਹਤ ਮਿਲਣੀ ਸੀ ਤਾਂ ਕੁਦਰਤ ਦੀ ਕਰੋਪੀ ਨੇ ਉਹਨਾਂ ਦੇ ਸੁਪਨਿਆਂ 'ਤੇ ਪਾਣੀ ਫੇਰ ਕੇ ਰੱਖ ਦਿੱਤਾ। ਪੀੜਿਤ ਕਿਸਾਨਾਂ ਨੇ ਸਰਕਾਰ ਤੋਂ ਮੁਆਵਜ਼ੇ ਦੀ ਮੰਗ ਕੀਤੀ ਹੈ। ਹਾਲਤ ਸਰਕਾਰ ਕਹਿੰਦੀ ਕਿਸਾਨ ਖੁਦਕਸ਼ੀਆਂ ਕਰ ਰਹੇ, ਕਿਸਾਨ ਤਾਂ ਖੁਦਕਸ਼ੀ ਨਾ ਕਰੇ ਤਾਂ ਕਿਆ ਕਰੇ। ਹੁਣ ਦੇਖ ਲਓ ਰਾਤੀ ਤੂਫਾਨ ਨੇ ਪੂਰੀ ਕਣਕਾਂ ਸਾਰੀਆਂ ਸਿੱਟਤੀਆਂ, ਪੂਰੇ ਇਲਾਕੇ ਦੀਆਂ ਕਣਕਾਂ ਸਿੱਟ ਦਿੱਤੀਆਂ, ਵਿਛ ਗਈਆਂ ਕਣਕਾਂ, ਪਾਣੀ ਉੱਪਰ ਪਿਆ, ਕਿਸਾਨ ਦੇ ਪੱਲੇ ਕੁਛ ਨਹੀਂ। ਹੁਣ 6 ਮਹੀਨੇ ਮਿਹਨਤ ਕਰਕੇ ਕਿਸਾਨ ਦੇ ਪੱਲੇ ਕਿਆ ਪੈਣਾ, ਕੁਛ ਵੀ ਨਹੀਂ ਪੈਣਾ। ਫਿਰ ਕਿਸਾਨ ਖੁਦਕਸ਼ੀਆਂ ਨਾ ਕਰੇ ਤਾਂ ਕਿਆ ਕਰੇ। ਸਰਕਾਰ ਵੱਲੋਂ ਕੋਈ ਮਦਦ ਨਹੀਂ ਮਿਲਦੀ ਹੈ। ਪਟਵਾਰੀ ਆਉਂਦੇ ਹੈ ਆਪਣਾ, ਕਹਿੰਦੇ ਅਸੀਂ ਚੈੱਕ ਕਰਕੇ ਦਿੰਦੇ ਹਾਂ, ਸਰਕਾਰ ਕੁਝ ਦੇਵੇਗੀ। ਸਰਕਾਰ ਇੱਕ ਧੇਲਾ ਵੀ ਨਹੀਂ ਦਿੰਦੀ। ਪਿਛਲੀਆਂ ਸਰਕਾਰਾਂ ਹੋਵੇ ਜਾਂ ਹੁਣ ਕੈਪਟਨ ਦੀ ਸਰਕਾਰ, ਸਾਰੀਆਂ ਸਰਕਾਰਾਂ ਇੱਕੋ ਜਿਹੀਆਂ ਹੈ। ਛੱਡੇ ਕੁਛ ਨਹੀਂ ਹੈ ਜੀ, ਹੁਣ ਤਾਂ ਸਭ ਕੁਛ ਰੁੜ ਗਿਆ ਜੀ, ਪਾਣੀ ਫਿਰ ਗਿਆ ਜੀ। ਹੁਣ ਤਾਂ ਜਿਹੜੀ ਸਾਲ ਦੀ ਮਿਹਨਤ ਦੀ ਗਈ ਆਈ ਜੀ, ਹੁਣ ਤਾਂ ਇਹ ਵੀ ਜੀ ਘਾਹ ਵੀ ਨਹੀਂ ਰਿਹਾ ਪਸ਼ੂਆਂ ਦਾ, ਘਾਹ ਵੀ ਮੁੱਕ ਲਿਆ, ਇਹ ਘਾਹ ਵੀ ਵਿੱਚੇ ਗਲ ਜਾਣੇ ਜੀ। ਤਾਂ ਪਸ਼ੂਆਂ ਦਾ ਬਾਰੇ ਵੀ ਕੁਛ ਹੈ ਨਹੀਂ, ਘਾਹ ਦਾ ਬਾਅਦ ਸਾਧਨ ਹੋਣਾ, ਹੁਣ ਤਾਂ ਆਪਣਾ ਤਾਂ ਚਲੋ ਰੋਟੀ ਦਾ ਤਾਂ ਕਰ ਲੂਗਾ ਬੰਦਾ। ਇਹ ਕੁਦਰਤੀ ਕਹਿ ਰਹੇ ਜੀ, ਹੁਣ ਇੱਥੇ ਕਹਿੰਦਾ ਕੋਈ ਸੰਭਾਵਨਾ ਸੀ ਇਹਦੇ 'ਚ ਵੀ ਪਊਗਾ, ਇਹ ਤਾਂ ਕੁਦਰਤੀ ਹੋ ਪੈ ਗਿਆ ਜੀ। ਹੁਣ ਇਹ ਤਾਂ ਰਾਤ ਤਾਂ ਬਸ ਕਹਿ ਰਹੇ ਕਰਤੇ, ਕਿਸਾਨ ਮਾਰੇ ਸਾਰਾ ਤਾਂ ਹੋ ਗਿਆ ਜੀ। ਹੁਣ ਸਾਨੂੰ ਤਾਂ ਇਹੀ ਹੈ ਜੀ, ਜਿਹੜਾ ਕਿ ਕੋਈ ਸਰਕਾਰ ਜੇ ਕੁਛ ਕਰ ਸਕਦੀ ਹੈ ਹੀਲਾ ਸਾਡਾ, ਤਾਂ ਕੁਛ ਪਸ਼ੂਆਂ ਦਾ ਵੀ ਹੋ ਜਾਊ, ਸਾਡਾ ਵੀ ਹੋ ਜਾਊਗਾ। ਨਹੀਂ ਤਾਂ ਮੁਸ਼ਕਿਲ ਹੈ, ਗਰੀਬ ਆਦਮੀ ਹੈ ਜੀ, ਦਿਹਾੜੀ ਵੀ ਨਹੀਂ ਲੱਗਦੀ ਸਾਡੀ, ਤਾਂ ਦਿਹਾੜੀ ਦੀ ਬਸ ਰੋਟੀ ਦੇ ਸਿਰ ਪਰ ਬੈਠੇ, ਜ਼ਮੀਨ ਦੀ ਸਿਰ ਪਰ, ਸਾਰੇ ਕਿੱਲੇ ਦੇ ਕਿੱਲੇ ਤਪਾਹ ਹੋ ਗਏ ਜੀ, ਪਾਣੀ ਵਿੱਚ ਖੜੇ ਪਏ ਆ। ਕਣਕ ਜਿਹੜੀ ਵਿੱਚ ਗਿਰ ਗਈ, ਉਹ ਤਾਂ ਵਿੱਚ ਕੋਲੇ ਮੁੱਕ ਗਈ, ਮੁੱਕ ਗਈ ਪਾਣੀ ਵਿੱਚ ਜੀ, ਵਿੱਚ ਡੁੱਬ ਗਈ, ਨਾ ਦਾਣਾ ਰਿਹਾ ਨਾ ਘਾਹ ਰਿਹਾ। ਸ਼੍ਰੀ ਅਨੰਦਪੁਰ ਸਾਹਿਬ ਤੋਂ ਬਿਮਲ ਕੁਮਾਰ ਦੀ ਰਿਪੋਰਟ।